ਸਤਿ ਸ਼੍ਰੀ ਅਕਾਲ ਮੈਂ ਦੁਇਤੀ ਨਿਊਜ਼ ਬੁਲੇਟਿਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਮੈਂ ਭਾਵਿਨੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਚੋਣਵੀਆਂ ਖਬਰਾਂ ਤੋਂ ਔਰਤਾਂ ਕਿਸੇ ਨਾਲੋਂ ਘੱਟ ਨਹੀਂ ਕਿਹਾ ਸਿਮਰਤ ਕੌਰ ਨੇ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਨੂੰ ਜਲਦ ਤੋਂ ਜਲਦ ਵਾਪਸ ਲਿਆਂਦਾ ਜਾਏਗਾ ਕਿਹਾ ਅੰਮ੍ਰਿਤਸਰ ਦੇ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਨੇ ਵੀਰ ਪੰਛੀਵਾਲੇ ਵਿੱਚ ਭੋਲੇ ਨਾਥ ਨੂੰ ਫੁੱਲਾਂ ਨਾਲ ਸਜਾਇਆ ਗਿਆ ਅੰਬਰਸਰ ਵਿਖੇ ਜਨਵਾਦੀ ਇਸਤਰੀ ਸਭਾ ਵੱਲੋਂ ਮਨਾਇਆ ਗਿਆ ਇਸਤਰੀ ਦਿਵਸ ਬਟਾਲਾ ਰੋਡ ਵਿਖੇ ਸ਼ਿਵ ਵਿਆਹ ਦੇ ਮੌਕੇ ਉੱਤੇ ਕੱਢੀ ਗਈ ਸ਼ੋਭਾ ਯਾਤਰਾ ਹੁਣ ਖਬਰਾਂ ਵਿਸਤਾਰ ਨਾਲ ਖੂਬ ਲੜੀ ਮਰਦਾਨੀ ਅਤੇ ਝਾਂਸੀ ਵਾਲੀ ਰਾਣੀ ਸੀ ਅੱਜ ਪੂਰੇ ਵਿਸ਼ਵ ਵਿੱਚ ਅੰਤਰਰਾਸ਼ਟਰੀ ਇਸਤਰੀ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਇੱਕ NGO ਚਲਾਉਣ ਵਾਲੀ ਸਿਮਰਤ ਕੌਰ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਔਰਤਾਂ ਮਰਦਾਂ ਨਾਲੋਂ ਘੱਟ ਨਹੀਂ ਉਹ ਹਰ ਖੇਤਰ ਵਿੱਚ ਆਪਣਾ ਨਾਮ ਕਮਾ ਰਹੀ ਹੈ ਅੰਮ੍ਰਿਤਸਰ ਤੋਂ ਗੁਰਸੇਵਕ ਸਿੰਘ ਦੀ ਰਿਪੋਰਟ ਮੇਰਾ ਨਾਮ ਕਵਲਜੀਤ ਕੌਰ ਹੈ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਜਿਸ ਤਰ੍ਹਾਂ ਕਿ ਸਮਾਜ ਵਿੱਚ ਵੂਮੈਨਸ ਡੇਜ਼ ਮਨਾਇਆ ਜਾਂਦਾ ਹੈ ਵੂਮੈਨਸ ਡੇਜ਼ ਦੀਆਂ ਸਾਰੀਆਂ ਮਤਲਬ ਸਾਰੇ ਵਿਸ਼ਵ ਭਰ ਵਿੱਚ ਹੀ ਮਨਾਇਆ ਜਾਂਦਾ ਉਸ ਦੀਆਂ ਮੁਬਾਰਕਾਂ ਸਾਹਿਬ ਨੂੰ ਅਤੇ ਉਸ ਤੋਂ ਇਲਾਵਾ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਮਹਿਲਾਵਾਂ ਆਪਣਾ ਘਰ ਬਾਰ ਚਲਾਉਂਦੀਆਂ ਜਿਸ ਤਰ੍ਹਾਂ ਕਿ ਮੈਂ ਆਪਣੀ ਸ਼ੋਪ ਵੀ ਚਲਾਉਂਦੀ ਹਾਂ ਛੋਟੇ ਛੋਟੇ ਮੇਰੇ ਬੱਚੇ ਆ ਉਹਨਾਂ ਨੂੰ ਵੀ ਹੈਂਡਲ ਕਰਦੀ ਹਾਂ ਘਰ ਦਾ ਕੰਮ ਕਾਜ ਕਰਦੀ ਉਸ ਤੋਂ ਇਲਾਵਾ ਮੈਂ ਜਿਸ ਤਰ੍ਹਾਂ ਕਿ ਸਮਾਜ ਸੇਵਾ ਹੁੰਦੀ ਹੈ ਹਰ ਕਿਸੇ ਦੀ ਹੈਲਪ ਕਰਦੀ ਹਾਂ ਕਿਸ ਤਰ੍ਹਾਂ ਕੋਈ ਵੀ ਕੰਮ ਹੋਵੇ ਕਿਸੇ ਸਹੁਰੇ ਪਰਿਵਾਰ ਵੱਲੋਂ ਹੋਵੇ ਕੋਈ ਘਰੇਲੂ ਮਸਲਾ ਹੋਵੇ ਕੋਈ ਵੀ ਹੋਵੇ ਉਹਨਾਂ ਦੀ ਵੀ ਹੈਲਪ ਕਰਦੀ ਹਾਂ ਅਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਾਂ ਜਿਸ ਤਰ੍ਹਾਂ ਮਹਿਲਾਵਾਂ ਵੇ ਆਪਾਂ ਵੱਧ ਚੜ੍ਹ ਕੇ ਅੱਗੇ ਆਈਏ ਸਾਰਿਆਂ ਨੂੰ ਮੋਟੀਵੇਸ਼ਨ ਕਰਨਾ ਚਾਹੁੰਦੀ ਹਾਂ ਕਿ ਕੋਈ ਵੀ ਕੰਮਕਾਰ ਹੋਵੇ ਅਸੀਂ ਆਪਣੇ ਹੱਕਾਂ ਬਾਰੇ ਪਿੱਛੇ ਨਹੀਂ ਰਹਿਣਾ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਹਰ ਔਰਤ ਨੂੰ ਹੱਕ ਆ ਕਿ ਉਹ ਕਿਸੇ ਵੀ ਭੇਦਭਾਵ ਤੋਂ ਦੂਰ ਰਹੇ ਅਤੇ ਆਪਣੇ ਆਪ ਨੂੰ ਆਤਮ ਨਿਰਭਰ ਸਮਝੇ ਸਾਹਮਣੇ ਆਵੇ ਕਿਸੇ ਵੀ ਜ਼ੁਲਮ ਹੋਵੇ ਕੋਈ ਵੀ ਕਿਸੇ ਕਿਸਮ ਦਾ ਕੰਮ ਹੋਵੇ ਕੁਛ ਨਹੀਂ ਸਹਿਣਾ ਆਪਣੇ ਆਪ ਨੂੰ ਆਤਮ ਨਿਰਭਰ ਬਣਾਓ ਸਾਹਮਣੇ ਆਓ ਔਰ ਮੈਂ ਵੀ ਇਹੀ ਕੰਮ ਕਰਦੀ ਹਾਂ ਕਿ ਸਾਰਿਆਂ ਨੂੰ ਮੈਂ ਮਤਲਬ ਸਮਝਾਉਂਦੀ ਹਾਂ ਕਿ ਜਿਹੜੇ ਸਾਡੇ ਔਰਤਾਂ ਦੇ ਹੱਕ ਆ ਜਿਹੜੇ ਸਾਨੂੰ ਅਧਿਕਾਰ ਮਿਲੇ ਹੋਏ ਆ ਉਹਨਾਂ ਦੀ ਅਸੀਂ ਵਰਤੋਂ ਕਰੀਏ ਅਤੇ ਆਪਣੀ ਆਉਣ ਵਾਲੇ ਸਮੇਂ ਵਿੱਚ ਆਪਣੀ ਸੋਚ ਨੂੰ ਬਦਲੀਏ ਅਤੇ ਮਤਲਬ ਕਿ ਸਮਾਜ ਨੂੰ ਅੱਗੇ ਵਧਾਈਏ ਮੈਂ ਕਈ ਸਾਰੇ ਪਰਿਵਾਰ ਵੱਲੋਂ ਦਾਜ ਨੂੰ ਲੈ ਕੇ ਕਾਫੀ ਤੰਗ ਕੀਤਾ ਗਿਆ ਇਹਨਾਂ ਨਾਲ ਉਹਨਾਂ ਨੂੰ ਕਿਤੇ ਦੇਖ ਰਹੇ ਉਹਨਾਂ ਲੋਕਾਂ ਨੂੰ ਕੀ ਅਪੀਲ ਕਰੋਗੇ ਅਸੀਂ ਤਾਂ ਇਹੀ ਅਪੀਲ ਕਰਦੇ ਹਾਂ ਕਿ ਦਾਜ ਲੈਣਾ ਨਹੀਂ ਚਾਹੀਦਾ ਅਤੇ ਦਾਜ ਦੇਣ ਵਾਲਿਆਂ ਨੂੰ ਵੀ ਪ੍ਰੇਰਿਤ ਕਰਦੇ ਹਾਂ ਕਿ ਤੁਸੀਂ ਵੱਧ ਚੜ੍ਹ ਕੇ ਦਾਜ ਨਾ ਦਿਓ ਕਿਉਂਕਿ ਜੋ ਗਰੀਬ ਆ ਉਹ ਅਮੀਰ ਵੱਲ ਵੇਖ ਕੇ ਉਹ ਵੀ ਕਰਜ਼ਾਈ ਹੁੰਦਾ ਹੈ ਕਰਜ਼ਾਈ ਹੋਣ ਤੋਂ ਬਾਅਦ ਉਹ ਵੀ ਮਤਲਬ ਬਹੁਤ ਮੁਸ਼ਕਲਾਂ ਉਹਨਾਂ ਨੂੰ ਆਉਂਦੀਆਂ ਆਪਾਂ ਤਾਂ ਇਹੀ ਕਹਿੰਦੇ ਦਾਜ ਲੈਣ ਵਾਲੇ ਨਾਲ ਦਾਜ ਦੇਣ ਵਾਲਾ ਜ਼ਿਆਦਾ ਗੁਨਾਹਗਾਰ ਹੈ ਇਹੀ ਸਮਝਦੇ ਹਾਂ ਕਿ ਨਾ ਦਾਜ ਦੇਣਾ ਚਾਹੀਦਾ ਅਤੇ ਨਾ ਲੈਣਾ ਚਾਹੀਦਾ ਮੇਰਾ ਨਾਮ ਸ਼ਿਵਾਨੀ ਸ਼ਰਮਾ ਹੈ ਮਹਿਲਾਵਾਂ ਦਾ ਦੌਰ ਚੱਲ ਰਿਹਾ ਵੈਸੇ ਵੀ ਮਹਿਲਾ ਜਿਹੜੀ ਵੱਧ ਚੜ੍ਹ ਕੇ ਹਰ ਪਲੈਟਫਾਰਮ 'ਤੇ ਅੱਜ ਦੇ ਟਾਈਮ 'ਤੇ ਕੁਝ ਨਾ ਕੁਝ ਕਰ ਰਹੀ ਹੈ ਅਤੇ ਹਰ ਕਿਸੇ ਲਈ ਇੱਕ ਜਿਹੜਾ ਆ ਉਹ ਇੱਕ ਨਾਮ ਜਿਹੜਾ ਆ ਇੱਕ ਪ੍ਰੇਰਣਾ ਬਣ ਰਹੀ ਆ ਹਰ ਕਿਸੇ ਲਈ ਇੱਕ ਪ੍ਰੇਰਣਾ ਬਣ ਰਹੀ ਆ ਸੋ ਮੈਂ ਕਹਾਂਗੀ ਕਿ ਮਹਿਲਾ ਜਿਹੜੀ ਹੈ ਮਹਿਲਾ ਦੇ ਅੰਦਰ ਇੱਕ ਬਹੁਤ ਸ਼ਕਤੀ ਹੁੰਦੀ ਹੈ ਤੋ ਸੋ ਪਹਿਲਾ ਜਿਹੜਾ ਮਹਿਲਾ ਦਿਵਸ ਸੀਗਾ ਸੋ 8 ਮਾਰਚ 1975 ਨੂੰ ਮਨਾਇਆ ਗਿਆ ਸੀਗਾ ਕਿ ਮਹਿਲਾਵਾਂ ਜਿਹੜੀਆਂ ਵਾ ਉਹ ਘਰ ਦੇ ਨਾਲ ਨਾਲ ਉਹ ਸਮਾਜ ਨੂੰ ਵੀ ਚਲਾ ਸਕਦੀਆਂ ਨੇ ਇੱਕ ਜਿਹੜੀ ਘਰ 'ਚ ਬੈਠੀ ਮਹਿਲਾ ਉਹ ਘਰ ਦੇ ਵਿੱਚ ਬੱਚਿਆਂ ਨੂੰ ਵੀ ਸਾਂਭਦੀ ਹੈ ਘਰ ਦਾ ਸਾਰਾ ਕਾਰੋਬਾਰ ਕੰਮ ਦੇਖਦੀ ਹੈ ਜੇ ਉਹ ਘਰ ਤੋਂ ਬਾਹਰ ਉੱਠ ਕੇ ਜੇ ਅਗਰ ਸਮਾਜ ਦੇ ਵਿੱਚ ਨਿਕਲੇ ਅਤੇ ਉਹ ਸਮਾਜ ਦੇ ਸਮਾਜ ਨੂੰ ਚਲਾਉਣ ਦੇ ਨਾਲ ਨਾਲ ਦੂਸਰਿਆਂ ਲਈ ਪ੍ਰੇਰਣਾ ਬਣ ਸਕਦੀ ਹੈ ਉਹ ਤੋਂ ਅਸੀਂ ਸੁਣਦੇ ਆਏ ਹਾਂ ਬਹੁਤ ਜਿਹੜੇ ਮਹਿਲਾਵਾਂ ਦੇ ਨਾਲ ਅੱਤਿਆਚਾਰ ਹੁੰਦੇ ਆਏ ਨੇ ਔਰ ਅੱਜ ਵੀ ਹੋ ਰਹੇ ਨੇ ਲੇਕਿਨ ਮੈਂ ਤਾਂ ਇਹ ਕਹਾਂਗੀ ਕਿ ਜਿਹੜੀ ਮਹਿਲਾ ਵਾ ਉਹਨੂੰ ਅੰਦਰੋਂ ਸਟਰੋਂਗ ਬਣਨਾ ਪੈਣਾ ਵਾ ਹਾਂ ਕਈ ਜਿਹੜੇ ਐਸੇ ਕਾਨੂੰਨ ਬਣੇ ਨੇ ਬਟ ਕਾਨੂੰਨ ਇੰਨੇ ਸਟਰੋਂਗ ਨਹੀਂ ਨੇ ਪਿੱਛੇ ਕੇ ਦੇਖ ਲਈਏ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਕਈ ਬਹੁਤ ਵੱਡੇ ਵੱਡੇ ਕੇਸਿਸ ਹੋਏ ਇੱਕ ਲੜਕੀ ਹੋਈ ਸੀ ਉਹਦੇ ਨਾਲ ਇੱਕ ਮਤਲਬ ਕਾਫੀ ਰੇਪ ਹੋਏ ਨੇ ਲੇਕਿਨ ਜਿਹੜੇ ਕਾਨੂੰਨ ਨੇ ਅਤੇ ਉਹਨਾਂ ਨੂੰ ਹਮੇਸ਼ਾ ਜਿਹੜਾ ਆ ਉਹ ਕਮਜ਼ੋਰ ਬਣਾਇਆ ਗਿਆ
ਜਿਹੜੀਆਂ ਮਹਿਲਾਵਾਂ ਉਹਨਾਂ ਨੂੰ ਉਹ ਸਹੀ ਤਰੀਕੇ ਨਾਲ ਇਨਸਾਫ ਨਹੀਂ ਮਿਲਦਾ ਸੇ ਉਹ ਜਿਹੜੇ ਕੇਸ ਨੇ ਉਹ ਕੇਸ ਚਲਦੇ ਰਹਿੰਦੇ ਨੇ ਜਿਹੜਾ ਅਤਿਆਚਾਰ ਕਰਨ ਵਾਲਾ ਹੁੰਦਾ ਆ ਬਲਤਕਾਰ ਕਰਨ ਵਾਲਾ ਹੁੰਦਾ ਉਹ ਬਾਹਰ ਛੁੱਟ ਕੇ ਆ ਜਾਂਦਾ ਫਿਰ ਉਹਨੂੰ ਖੁੱਲ੍ਹ ਮਿਲ ਜਾਂਦੀ ਹੈ ਮੇਰੇ ਕਹਿਣ ਦਾ ਮਤਲਬ ਹੈ ਕਾਨੂੰਨ ਜਿਹੜੇ ਇੰਨੇ ਕੁ ਸਖ਼ਤ ਹੋਣੇ ਚਾਹੀਦੇ ਤੁਸੀਂ ਬਾਹਰਲੀ ਕੰਟਰੀਆਂ ਦੇਖ ਲਓ ਅਫਗਾਨਿਸਤਾਨ ਹੋ ਗਿਆ ਆਪਣੇ ਜਿਹੜੇ ਪੜੋਸੀ ਤੁਸੀਂ ਮੁਲਕ ਦੇਖ ਲਓ ਉੱਥੇ ਅਗਰ ਮਹਿਲਾ ਦੇ ਨਾਲ ਅਗਰ ਕੋਈ ਗਲਤ ਅਗਰ ਇਸ ਤਰ੍ਹਾਂ ਹੁੰਦਾ ਉਹਨੂੰ ਵਿੱਚ ਚੁਰਾਹੇ 'ਚ ਮਾਰ ਦਿੱਤਾ ਜਾਂਦਾ ਅਤੇ ਮੈਂ ਇਹ ਨਹੀਂ ਕਹਾਂਗੀ ਕਿ ਕਿਸੇ ਨੂੰ ਵੀ ਵਿੱਚ ਚੁਰਾਹੇ ਦੇ ਵਿੱਚ ਮਾਰ ਦਿੱਤਾ ਜਾਵੇ ਕਹਿਣ ਦਾ ਮਤਲਬ ਤੁਸੀਂ ਕਾਨੂੰਨ ਇੰਨਾ ਕੁ ਟਾਈਟ ਬਣਾ ਦਿਉ ਕਿ ਮਜਾਲ ਹੈ ਕਿ ਮਹਿਲਾ ਨੂੰ ਉਹ ਗਲਤ ਨਜ਼ਰ ਨਾ ਦੇਖਣ ਸੋ ਅੱਜ ਦੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਮੈਂ ਆਪ ਸਭ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ ਮੈਂ ਸਿਮਰਤ ਕੌਰ ਅੱਜ ਦੇ ਦਿਨ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਰੀਆਂ ਮਹਿਲਾਵਾਂ ਵਾਸਤੇ ਇੱਕ ਬਹੁਤ ਵੱਡਾ ਦਿਨ ਹੈ ਅਤੇ ਪੁਰਸ਼ਾਂ ਵਾਸਤੇ ਵੀ ਇਹ ਇੱਕ ਬਹੁਤ ਹੀ ਮਹਾਨ ਦਿਨ ਹੈ ਕਿਉਂਕਿ ਅਸੀਂ ਸਾਰੇ ਇੱਕ ਦੂਸਰੇ 'ਤੇ ਡਿਪੈਂਡ ਕਰਦੇ ਹਾਂ ਔਰਤਾਂ ਅਤੇ ਮਰਦ ਮਿਲ ਕੇ ਹੀ ਇਸ ਸਮਾਜ ਦੀ ਸਿਰਜਣਾ ਕਰਦੇ ਨੇ ਅਤੇ ਅੱਜ ਇੱਕ ਹੋਰ ਵੀ ਇੱਕ ਸੰਦੇਸ਼ ਮੈਂ ਦੇਣਾ ਚਾਹਾਂਗੀ ਕਿ ਮਹਿਲਾਵਾਂ ਜਿਹੜੀਆਂ ਨੇ ਉਹ ਹਰ ਫੀਲਡ ਦੇ ਵਿੱਚ ਅੱਗੇ ਵੱਧ ਰਹੀਆਂ ਪਰ ਉਹਨਾਂ ਵਾਸਤੇ ਜਿਹੜੀ ਸੁਰੱਖਿਆ ਦੇ ਪ੍ਰਬੰਧ ਨੇ ਉਹ ਉਨੇ ਤੁਸੀਂ ਇਹ ਕਹਿ ਸਕਦੇ ਹੋ ਕਿ ਉਨੇ ਅਪ ਟੂ ਮਾਰਕ ਨਹੀਂ ਹੈਗੇ ਕਿ ਜਿਹੜੀਆਂ ਸਾਡੀਆਂ ਮਹਿਲਾਵਾਂ ਆਫਿਸ ਦੇ ਵਿੱਚ ਜਾਂਦੀਆਂ ਨੇ ਪਾਇਲਟ ਵੀ ਬਣ ਰਹੀਆਂ ਨੇ ਐਜੂਕੇਸ਼ਨ ਦੇ ਫੀਲਡ ਵਿੱਚ ਅੱਗੇ ਵੱਧ ਰਹੀਆਂ ਨੇ ਹਰ ਇੱਕ ਤਰ੍ਹਾਂ ਦੇ ਖੇਤਰ ਵਿੱਚ ਪੁਲਿਸ ਮਤਲਬ ਦੇ ਵਿੱਚ ਵੀ ਵੱਡੀਆਂ ਅਫਸਰ ਬਣ ਗਈਆਂ ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਘਾਟ ਪਾਈ ਜਾਂਦੀ ਹੈ ਕਿ ਉਹਨਾਂ ਦੀ ਸੁਰੱਖਿਆ ਦੇ ਸਾਡੇ ਕੋਲ ਇੱਕ ਉਹਦਾ ਪ੍ਰਬੰਧ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਪ੍ਰੋਪਰ ਅਰੇਂਜਮੈਂਟਸ ਨਹੀਂ ਹੈਗੇ ਜਿਨ੍ਹਾਂ ਵਾਸਤੇ ਕਿ ਵਧੀਆ ਕਾਨੂੰਨ ਬਣਾਏ ਜਾਣ ਤਾਂ ਕਿ ਇਹ ਰੇਪ ਜਿਹੜੇ ਆ ਉਹ ਘੱਟ ਸਕਣ ਇੱਕ ਇਸ ਦਿਨ 'ਤੇ ਮੈਂ ਹੋਰ ਵੀ ਸੰਦੇਸ਼ ਦੇਣਾ ਚਾਹਾਂਗੀ ਕਿ ਮਹਿਲਾ ਹੀ ਮਹਿਲਾ ਦੀ ਦੁਸ਼ਮਣ ਵੀ ਹੈ ਅਤੇ ਦੋਸਤ ਵੀ ਹੈ ਅਤੇ ਮੈਂ ਇੱਕ ਬੜੀ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗੀ ਕਿ ਜਿਹੜੀ ਮਹਿਲਾਵਾਂ ਆਪਣੇ ਬੇਟਿਆਂ ਦੀ ਸ਼ਾਦੀ ਕਰਦੀਆਂ ਅਤੇ ਆਪਣੀ ਨੂੰਹ ਨੂੰ ਵਿਆਹ ਕੇ ਲਿਆਉਂਦੀਆਂ ਅਤੇ ਉਹ ਦਹੇਜ ਦੀ ਮੰਗ ਨਾ ਕਰਿਆ ਕਰਨ ਜਿਹੜੇ ਆਪਣੀ ਧੀ ਦੇ ਦਿੰਦੇ ਨੇ ਉਹ ਸਭ ਕੁਛ ਹੀ ਤੁਹਾਨੂੰ ਦੇ ਦਿੰਦੇ ਨੇ ਅਤੇ ਅੱਜ ਦੀ ਧੀ ਵੀ ਪੜ੍ਹੀ ਲਿਖੀ ਹੋਵੇ ਮਾਂ ਬਾਪ ਉਹਨੂੰ ਪੜ੍ਹਾਈ ਕਰਵਾ ਕੇ ਦੇਣ ਉਹਨੂੰ ਅੱਛੀ ਜੋਬ 'ਤੇ ਲਗਵਾ ਕੇ ਦੇਣ ਜਾਂ ਉਹਨੂੰ ਇੱਕ ਐਸੇ ਸੰਸਕਾਰ ਦੇਣ ਕਿ ਉਹ ਅੱਗੋਂ ਆਪਣਾ ਘਰ ਜਾ ਕੇ ਸਵਰਗ ਬਣਾ ਸਕੇ ਅਤੇ ਤੁਸੀਂ ਵੀ ਕਦੀ ਇਹ ਨਹੀਂ ਕਹਿਣਾ ਕਿ ਪਰਾਈ ਧੀ ਨੂੰ ਅਸੀਂ ਲੈ ਕੇ ਆਏ ਤੇਰਾ ਪਰਾਇਆ ਘਰ ਹੈ ਅਤੇ ਨਾ ਅਸੀਂ ਕਹੀਏ ਕਿ ਤੂੰ ਪਰਾਏ ਘਰ ਜਾਣਾ ਹੈ ਅਤੇ ਨਾ ਹੀ ਉਹ ਜਿਹੜੇ ਜਿਨ੍ਹਾਂ ਦੇ ਘਰ ਨੂੰ ਬਣ ਕੇ ਜਾਂਦੀ ਹੈ ਉਹ ਕਹਿਣ ਕਿ ਇਹ ਪਰਾਈ ਧੀ ਹੈ ਅਤੇ ਸਾਰੇ ਉਹਨਾਂ ਨੂੰ ਆਪਣੀ ਧੀ ਬਣਾ ਕੇ ਰੱਖੋ ਅਤੇ ਮੈਨੂੰ ਲੱਗਦਾ ਕਿ ਇੱਕ ਔਰਤ ਜਿਹੜੀ ਹੈ ਉਹ ਆਪਣੇ ਘਰ ਨੂੰ ਸਮਾਜ ਨੂੰ ਅਤੇ ਇੱਕ ਦੇਸ਼ ਨੂੰ ਇੱਕ ਸਵਰਗ ਬਣਾ ਸਕਦੀ ਹੈ ਅਤੇ ਅੱਜ ਦੇ ਦਿਨ ਮੈਂ ਇਹੀ ਕਹਾਂਗੀ ਕਿ ਤੁਸੀਂ ਸਾਰੀਆਂ ਗ੍ਰੇਟ ਹੋ ਬਹੁਤ ਮਹਾਨ ਹੋ ਸਾਰੀਆਂ ਮਹਿਲਾਵਾਂ ਨੇ ਮਿਲ ਕੇ ਇਸ ਸਮਾਜ ਦੀ ਸਿਰਜਣਾ ਕੀਤੀ ਹੈ ਅਤੇ ਸਾਡੇ ਭਾਰਤ ਵਰਸ਼ ਦਾ ਨਾਮ ਵੀ ਰੋਸ਼ਨ ਕੀਤਾ ਹੈ ਔਰ ਸਾਡੇ ਭਾਰਤ 'ਚ ਬਹੁਤ ਸਾਰੀਆਂ ਔਰਤਾਂ ਨੇ ਜਿਨ੍ਹਾਂ ਨੇ ਬਹੁਤ ਦੁਨੀਆ ਦੇ ਵਿੱਚ ਨਾਮ ਕਮਾਇਆ ਜਿਨ੍ਹਾਂ ਵਿੱਚੋਂ ਲਤਾ ਮੰਗੇਸ਼ਕਰ ਜੀ ਜੋ ਅੱਜ ਸਾਡੇ ਵਿੱਚ ਨਹੀਂ ਰਹੇ ਮੈਂ ਅੱਜ ਉਹਨਾਂ ਨੂੰ ਵੀ ਸ਼ਰਧਾਂਜਲੀ ਦੇਣਾ ਚਾਹਾਂਗੀ ਰੂਸ ਲਗਾਤਾਰ ਯੂਕਰੇਨ ਦੇ ਉੱਤੇ ਹਮਲੇ ਕਰ ਰਿਹਾ ਹੈ ਜਿਹਦੇ ਚੱਲਦੇ ਹਜੇ ਵੀ ਕਈ ਭਾਰਤੀ ਯੂਕਰੇਨ ਦੇ ਵਿੱਚ ਫਸੇ ਹੋਏ ਹਨ ਅੱਜ ਅੰਮ੍ਰਿਤਸਰ ਦੇ DC ਗੁਰਪ੍ਰੀਤ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 92 ਬੱਚੇ ਵਾਪਸ ਆ ਚੁੱਕੇ ਹਨ 24 ਬੱਚੇ ਯੂਕਰੇਨ ਦੇ ਨਾਲ ਲੱਗਦੇ ਦੇਸ਼ਾਂ ਦੇ ਵਿੱਚ ਪਹੁੰਚ ਚੁੱਕੇ ਹਨ ਅਤੇ ਬਾਕੀ ਫਸੇ ਭਾਰਤੀਆਂ ਨੂੰ ਵੀ ਜਲਦ ਤੋਂ ਜਲਦ ਵਾਪਸ ਲਿਆਉਣ ਦੀ ਕੋਸ਼ਿਸ਼ ਜਾਰੀ ਹੈ ਨਾਲ ਹੀ ਨਾਲ DC ਨੇ ਕਿਹਾ ਕਿ ਇੱਕ ਸਰਕਾਰ ਵੱਲੋਂ ਹੈਲਪਲਾਈਨ ਨੰਬਰ 2560498 ਜਾਰੀ ਕਰ ਦਿੱਤਾ ਗਿਆ ਹੈ ਅਤੇ ਚੋਣਾਂ ਲਈ ਸਾਰੀ ਤਿਆਰੀਆਂ ਮੁਕੰਮਲ ਕਰ ਲਿੱਤੀਆਂ ਗਈਆਂ ਹਨ ਅੰਮ੍ਰਿਤਸਰ ਤੋਂ ਮਨਦੀਪ ਸਿੰਘ ਦੀ ਰਿਪੋਰਟ ਜੀ ਪਰਿਵਾਰ ਜਿਹੜੇ ਨੇ ਅੰਮ੍ਰਿਤਸਰ ਦੇ ਜਿਹੜੇ ਬੱਚੇ ਸੀਗੇ ਉਹ ਉੱਥੇ ਯੂਕਰੇਨ 'ਚ ਸਟੈਂਡਰਡ ਨੇ ਉਹਨਾਂ 'ਚੋਂ ਇਸ ਵੇਲੇ 92 ਜਿਹੜੇ ਬੱਚੇ ਨੇ ਸਾਡੇ ਕੋਲ ਵਾਪਸ ਆ ਚੁੱਕੇ ਨੇ ਔਰ 24 ਬੱਚੇ ਇਹੋ ਜਿਹੇ ਨੇ ਜਿਹੜੇ ਉੱਥੇ ਦੂਜੀਆਂ ਯੂਰਪੀਅਨ ਕੰਟਰੀਜ਼ ਦੇ ਵਿੱਚ ਉੱਥੇ ਚਲੇ ਗਏ ਉਹ ਇੱਥੇ ਵਾਪਸ ਨਹੀਂ ਆਏ 9 ਦੇ ਨਾਲ ਸਾਡਾ ਜੇ ਕੰਟੈਕਟ ਅਸਟੈਬਲਿਸ਼ ਨਹੀਂ ਹੋ ਪਾ ਰਿਹਾ ਉਹਨਾਂ ਦੇ ਸ਼ਾਇਦ ਫੋਨ ਨੰਬਰ ਗਲਤ ਜਾਂ ਉਹ ਨਹੀਂ ਪਿੱਕ ਕਰ ਰਹੇ ਉਹਦੇ 'ਚੋਂ ਸਾਡੇ 67 ਮੇਲ ਮੈਂਬਰਸ ਨੇ 58 ਸਾਡੀਆਂ ਗਰਲਜ਼ ਨੇ ਜਿਹੜੀਆਂ ਆਈਆਂ ਹੈਗੀਆਂ ਨੇ ਔਰ ਜ਼ਿਆਦਾਤਰ ਜਿਹੜੇ ਬੱਚੇ ਹੈਗੇ ਨੇ ਇਹ ਸਾਰੇ ਵੱਖ ਵੱਖ ਯੂਕਰੇਨ ਦੇ ਏਰੀਆਜ਼ 'ਚ ਸੀਗੇ ਜਿਹੜੇ ਜਿੱਥੇ ਮੈਡੀਕਲ ਯੂਨੀਵਰਸਿਟੀਜ਼ ਹੈਗੀਆਂ ਨੇ ਉੱਥੇ ਜ਼ਿਆਦਾਤਰ ਇਹ MBBS ਦੇ ਸਟੂਡੈਂਟ ਸੀਗੇ ਅਤੇ ਖਾਰਕੀਵ ਅਤੇ ਕੀਵ ਵਗੈਰਾ 'ਚ ਕਿਉਂਕਿ ਇਹ ਰਸ਼ੀਆ ਦੇ ਲਾਗੇ ਦਾ ਇਲਾਕਾ ਹੈਗਾ ਇੱਥੋਂ ਬੱਚਿਆਂ ਨੂੰ ਕੱਢਣ ਲਈ ਥੋੜ੍ਹਾ ਟਾਈਮ ਲੱਗਾ ਜਿਹੜੇ ਏਰੀਆਜ਼ ਜਾਂ ਯੂਨੀਵਰਸਿਟੀਆਂ ਪੋਲੈਂਡ ਜਾਂ ਹੰਗਰੀ ਦੇ ਲਾਗੇ ਸੀਗੀਆਂ ਉੱਥੋਂ ਉਹਨਾਂ ਨੂੰ ਪਹਿਲਾਂ ਕਰ ਲਿਆ ਗਿਆ ਸੀਗਾ ਇੱਥੇ ਕਿਉਂਕਿ ਬੱਚੇ ਜਿਹੜੇ ਸੀਗੇ ਅੰਡਰ ਉੱਥੇ ਸ਼ੈਲਿੰਗ ਵਗੈਰਾ ਕਾਫੀ ਹੈਵੀ ਸੀ ਇੱਥੋਂ ਵੀ ਸਾਰੇ ਬੱਚਿਆਂ ਨੂੰ ਟਾਈਮ ਲੱਗਾ ਲੇਕਿਨ ਇੱਥੋਂ ਵੀ ਸਾਰੇ ਜਿਹੜੇ ਬੱਚੇ ਨੇ ਉਹ ਉੱਥੋਂ ਹੁਣ ਮਾਈਗ੍ਰੇਟ ਹੋ ਗਏ ਨੇ ਔਰ ਆਲ ਆਰ ਸੇਫ ਮੇ ਬੀ ਹੋਣਗੇ ਜੀ ਅਸੀਂ ਆਪਣੇ ਹਰ ਡਿਸਟ੍ਰਿਕਟ ਵਾਈਜ਼ ਸਟੇਟ ਵੀ ਆਪਣਾ ਹਿਸਾਬ ਰੱਖ ਰਹੀ ਅਸੀਂ ਵੀ ਆਪਣੇ ਜ਼ਿਲ੍ਹੇ 'ਚ ਕੰਟਰੋਲ ਰੂਮ ਸੈਟਅਪ ਕੀਤਾ ਹੈਗਾ ਮੇਰਾ ਬਕਾਇਦਾ ਨੰਬਰ ਵੀ ਅਸੀਂ ਜਿਹੜਾ ਹੈਗਾ ਆਲਰੇਡੀ ਪੇਰੈਂਟਸ ਨੂੰ ਦੱਸਿਆ ਕਿ ਜੇ ਸਾਡੇ ਕੋਲ ਫਿਰ ਵੀ ਕੋਈ ਇਨਫੋਰਮੇਸ਼ਨ ਨਹੀਂ ਹੈ ਤਾਂ ਸਾਡੇ ਨਾਲ 01832560398
एंड दैन 2560498 ये साड़ी हेल्पलाइन है यूक्रेन की जी डिस्ट्रिक्ट लैवल पर चल रही है। जे किसी नूं कोई मुश्किल आती है या कोई इनफॉर्मेशन शेयर करनी चाहते हैं साढ़े नाल इस नंबर पर शेयर कर सकते। मे बी ये हो सकते हैं जी उस एरिए दे भी बच्चे होन साढ़े कोल जिहड़े है। ये इनफॉर्मेशन वो है जिहड़े असी हुण तक पहला शुरुआती तौर पर साडे कोल थोड़ी इनफॉर्मेशन सी। जिस तरह पेरेंट्स सानू कई बार फोन करके दस देंदे ने या जिनी इनफॉर्मेशन साडे कोल आ जांदी असी उहदा एक डेटाबेस तैयार कर रहे हैं। सुमी के बच्चों का अलग तो मेरे को डाटा नहीं है लेकिन पता कर लाँगे जी जे इन्हों कोई बच्चा साडा उत्थे होया। रेगुलर फ्लाइट्स आ रही ने जी दिल्ली तो भी आ रही ने इत्थे भी आ रही और साढ़े कोल साडी स्टेट लैवल ते हैडक्वार्टर जिहड़ा बणिया वो दिल्ली दे विच जिहड़ा साडे रेजिडेंट कमिश्नर ने उन्हां दे संपर्क च है। रेजिडेंट कमिश्नर जिहड़े हैगे ने वो मिनिस्ट्री ऑफ एक्सटरनल अफेयर और उन्हां एम्बेसीज दे नाल इन टच हैगे ने। सो ये साडी सारी इनफॉर्मेशन उन्हां दे राहीं जिला पद्धर ते फ्लो करती है। असी साडे कोल जिहड़ी आउंदी है असी स्टेट नूं स्टेट जिहड़ा है मिनिस्ट्री एक्सटरनल अफेयरस नूं वो अगों फिर उन्हां दीआं जिहड़ियां एम्बेसीज ने दूजियां कंट्रीज दी उन्हां इनफॉर्मेशन दे के इस तरीके नाल असी चैनल डिवेलप किया है। पुलिस वेले रेडी डाटा नहीं है जी। हाँ नहीं इस तरह का साडे कोल कोई इस वेले डाटा बनाया नहीं गया है जिहदे साडे कोल इह होवे। इह लोड मुताबिक उन्हां दा स्वागत है जी। सो पहलां तो सारे मीडिया का मैं बहुत धन्नवादी हाँ जिन्हां ने जदों तो चोणां शुरू होईआं ने और बड़े वधिया ढंग दे नाल बड़ी सानूं एज अ सहयोगी टीम के तौर पर सानूं प्रशासन नूं बड़ा सहयोग दिता है और सारिया जिहड़ियां साडियां चोणां सी बड़े अमनो अमान नाल हो पाईआं ने। हुण जिस तरह आपां सारे जानते हैं कि अपनी काउंटिंग दी स्टेज आ चुकी है और 10 तरीक नूं जिहड़ा है काउंटिंग डे है। अज साडी जिहड़ियां सारिया तैयारियां वगैरह ड्राई रन जिहड़ा हो रहा हैगा उहदे लई साडे सारे आरओ साहिबान अपने अपने काउंटिंग हॉलों चों ड्राई रन करके देख रहे हैं कि किस तरीके दे नाल इह सारिया रिपोर्टिंग होनी है और उहदी लीज लाइन कनैक्टिविटी हर पहलू तो उन्होंने चैक किया जा रहा है। सो अपने ज़िले दे विच तकरीबन जे तुहानूं याद होएगा 65.87% वोटां पईआं ने। साडी 13,41,078 ये कुल वोटां ने जिहड़ियां पईआं ने जिन्हां दी हुण काउंटिंग होण जा रही हैगी है। कुल 11 हल्के ने अपने जिथे जिथे काउंटिंग होनी हैगी है। अजनाला की काउंटिंग गौरमेंट कॉलेज अजनाला, राजा सांसी की काउंटिंग जिहड़ी है गौरमेंट नर्सिंग कॉलेज फॉर गर्ल्स फस्ट फ्लोर मेडिकल इनकलेव अमृतसर, मजीठा की जिहड़ी काउंटिंग है वह माई भागो गौरमेंट पॉलीटैक्निक कॉलेज फॉर गर्ल्स मजीठा रोड विखे होएगी। 14 जंडियाला सीनियर सैकेंडरी रेजिडेंशियल स्कूल फॉर मेरीटोरियस स्टूडेंट्स उत्थे होएगी जी। अमृतसर नॉर्थ की जिहड़ी है वह गौरमेंट इंस्टीट्यूट ऑफ गौरमेंट टेक्नोलॉजी माई भागो गौरमेंट पॉलीटैक्निक कॉलेज फॉर गर्ल्स मजीठा रोड बाईपास से। अमृतसर वैसट की गौरमेंट पॉलीटैक्निकल कॉलेज जी टी रोड छहाटा। 17 अमृतसर सेंट्रल की गौरमेंट इंडस्ट्रियल ट्रेनिंग इंस्टीट्यूट फस्ट फ्लोर बी ब्लॉक रणजीत एवन्यू। अमृतसर ईस्ट गौरमेंट सीनियर सैकेंडरी स्कूल टाउन हॉल माल मंडी अमृतसर जी। अमृतसर साउथ की मल्टी स्किल डिवेलपमेंट सेंटर कबीर पार्क ऑपोजिट GNDU यूनिवर्सिटी जी। अटारी खालसा कॉलेज सीनियर सैकेंडरी स्कूल बॉयज़ अमृतसर और बाबा बकाला दी जिहड़ी है ये बाबा बकाला विखे श्री माता गंगा कन्या सीनियर सैकेंडरी स्कूल बाबा बकाला ये काउंटिंग साड़ी उत्थे होएगी। इत्थे सारे काउंटिंग जिहड़े साडे इंतजाम होए ने उत्थे ही साडे स्ट्रोंग रूम वगैरह ने और इत्थे 3-tier सिक्योरिटी का अरेंजमेंट है। फस्ट टायर जिहड़ी है साडी आर्म्ड अपने पंजाब पुलिस, सैकेंड टायर ऑफ जिहड़ा है सिक्योरिटी दैट इज़ स्टेट आर्म्ड पुलिस और जिहड़ी बिल्कुल स्ट्रोंग रूम का जिहड़ा फाइनल फस्ट टायर है वह साडी CAPF जिहड़ी है। ये 3 तरह की सिक्योरिटी लेयर्स ने जिहड़ियां कैम कीतियां गईयां ने और इन्हां सिक्योरिटीज़ के मुताबक ही मैं तुहानूं दसूँगा कि भी इन्हां सिक्योरिटीज़ तो अगे कौन कौन जा सकता है तो कौन कौन नहीं जा सकता। काउंटिंग अरेंजमेंट के जिहड़े इंतजाम ने अजनाला दे विच साडे कोल 188 बूथ हैगे ने। इत्थे 14 टेबल तकरीबन सारे हल्कियां च लगाए गए ने एक्सैप्ट राजा सांसी जिहड़े ने उत्थे साडे कोल हॉल छोटा सीगा उत्थे असीं 10 टेबल लगाए गए ने। अजनाला च 14 राउंड्स दे विच काउंटिंग होएगी, राजा सांसी च 23 राउंड लगणगे, मजीठा च 15 राउंड दे विच काउंटिंग होएगी,
ਜੰਡਿਆਲਾ 'ਚ 16 ਰਾਊਂਡ ਚੱਲਣਗੇ, ਅੰਮ੍ਰਿਤਸਰ ਨੌਰਥ 'ਚ ਵੀ 16 ਰਾਊਂਡ ਚੱਲਣਗੇ, ਵੈਸਟ 'ਚ ਵੀ 16 ਰਾਊਂਡ ਚੱਲਣਗੇ, ਅੰਮ੍ਰਿਤਸਰ ਸੈਂਟਰਲ ਦੇ ਵਿੱਚ 12 ਰਾਊਂਡ ਦੇ ਵਿੱਚ ਕਾਊਂਟਿੰਗ ਹੋਏਗੀ, ਅੰਮ੍ਰਿਤਸਰ ਈਸਟ ਦੇ ਵਿੱਚ 13 ਰਾਊਂਡ ਦੇ ਵਿੱਚ ਹੋਏਗੀ, ਅੰਮ੍ਰਿਤਸਰ ਸਾਊਥ 'ਚ ਵੀ 13 ਰਾਊਂਡ ਚੱਲਣਗੇ, ਅਟਾਰੀ ਦੇ ਵਿੱਚ 15 ਰਾਊਂਡ 'ਚ ਕਾਊਂਟਿੰਗ ਹੋਏਗੀ ਅਤੇ ਬਾਬਾ ਬਕਾਲਾ 'ਚ 17 ਰਾਊਂਡ 'ਚ ਸਾਡੀ ਕਾਊਂਟਿੰਗ ਹੋਏਗੀ। ਇਹ ਸਾਡੇ ਇਹਨਾਂ ਰਾਊਂਡਸ ਦੇ ਵਿੱਚ ਕਾਊਂਟਿੰਗ ਹੋਏਗੀ। ਇਹਦੇ ਨਾਲ ਹੀ ਈ ਵੀ ਐੱਮ ਤੋਂ ਇਲਾਵਾ ਤੁਸੀਂ ਜਾਣਦੇ ਹੋ ਕਿ ਸਾਡੇ ਪੋਸਟਲ ਬੈਲਟ ਪੇਪਰਸ, ਇਹ ਇੱਕ ਬਹੁਤ ਇੰਪੋਰਟੈਂਟ ਹੈ। ਇਹਦੇ 'ਚ ਦੋ ਤਰ੍ਹਾਂ ਦੀਆਂ ਕਾਊਂਟਿੰਗ ਸਿਸਟਮ ਇਨਵੋਲਵਡ ਹੈ, ਇੱਕ ਸਾਡੇ ਸਰਵਿਸ ਵੋਟਰਸ ਜਿਨ੍ਹਾਂ ਦੀ ਇਲੈਕਟ੍ਰੋਨਿਕਲੀ ਜਿਹਨੂੰ ਅਸੀਂ ETPBS ਕਹਿੰਦੇ ਹਾਂ, ਉਹ ਤਕਰੀਬਨ 10,000 ਤੋਂ ਵੱਧ ਸਾਡੇ ਵੋਟਰ ਸੀਗੇ ਜਿਨ੍ਹਾਂ ਨੂੰ ਆਰਓ ਸਾਹਿਬਾਨ ਨੇ ਸਿੱਧੀ ਜਿਹੜੀ ਹੈ ਇਲੈਕਟ੍ਰੋਨਿਕਲ ਵੇ ਦੇ ਨਾਲ ਟਰਾਂਸਮਿਟ ਕੀਤੀ ਹੈ ਪੋਸਟਲ ਬੈਲਟ। ਇੱਕ ETPBS ਸਿਸਟਮ ਦੇ ਨਾਲ ਕਾਊਂਟਿੰਗ ਹੋਣੀ ਹੈ, ਇੱਕ ਕਾਊਂਟਿੰਗ ਹੈ ਜਿਹੜੇ ਸਾਡੇ ਮੁਲਾਜ਼ਮਾਂ ਨੂੰ ਜਾਂ ਦੂਸਰੇ ਕੋਈ PWD ਵੋਟਰ ਸੀ 80+ ਸੀ, ਉਹਨਾਂ ਨੇ ਜੇ ਪੋਸਟਲ ਬੈਲਟ ਦੀ ਮੰਗ ਕੀਤੀ ਸੀਗੀ, ਉਹਨਾਂ ਦੇ ਜਿਹੜੇ ਡਾਕ ਦੇ ਰਾਹੀਂ ਪੋਸਟਲ ਉਹਨਾਂ ਕੋਲ ਹੁਣ ਤੱਕ ਐਵਰੀ ਡੇ ਪਹੁੰਚ ਰਹੇ ਨੇ ਔਰ ਉਹਨਾਂ ਦੀ ਕਾਊਂਟਿੰਗ ਹੋਣੀ ਹੈ। ਹੁਣ ਤੱਕ ਸਾਡੇ ਕੋਲ ETPBS ਦੇ ਵਿੱਚ 7 ਤਰੀਕ ਤੱਕ 2869 ETPBS ਰਾਹੀਂ ਜਿਹੜੇ ਹੈਗੇ ਹੈ ਟੋਟਲ ਆਉਣੇ ਹੈਗੇ ਨੇ। ਪੋਸਟਲ ਬੈਲਟ ਜਿਹੜੇ ਸਾਡੇ ਕੋਲ ਜਿਹੜੇ ਹੋਣੇ ਨੇ ਉਹ ਸਾਡੇ ਕੋਲ ਜਿਹੜੇ ਹੈਗੇ ਨੇ ਤਕਰੀਬਨ 3414 ਸਾਡੇ ETPBS ਨੇ, 6283 ਸਾਡੇ ਪੋਸਟਲ ਬੈਲਟ ਪੇਪਰ ਜਿਹੜੇ ਨੇ ਹੁਣ ਤੱਕ ਆ ਚੁੱਕੇ ਨੇ। ਸੋ ਪਹਿਲਾ ਜਿਹੜਾ ਰਾਊਂਡ ਸਟਾਰਟ ਹੋਏਗਾ ਇਹ 8 ਵਜੇ ਰਾਊਂਡ ਦਾ ਟਾਈਮ ਹੈ ਜਦੋਂ ਕਾਊਂਟਿੰਗ ਸਟਾਰਟ ਹੋਣੀ ਹੈ। 8 ਵਜੇ ਪਹਿਲੇ 30 ਮਿੰਟ ਜਿਹੜੇ ਨੇ ਉਹ ਸਭ ਤੋਂ ਪਹਿਲਾਂ ਪੋਸਟਲ ਬੈਲਟ ਦਾ ਕਾਊਂਟ ਸ਼ੁਰੂ ਹੋਏਗਾ, ਉਸ ਤੋਂ ਬਾਅਦ 'ਚ ਨਾਲੋ ਨਾਲ ਜਦੋਂ ਉਹ ਕਾਊਂਟ ਚੱਲਦਾ ਰਹੇਗਾ EVM ਦੀ ਕਾਊਂਟਿੰਗ ਸ਼ੁਰੂ ਹੋ ਜਾਏਗੀ। ਅਤੇ ETPBS ਦਾ ਸਾਡਾ ਜਿਹੜਾ ਸਿਸਟਮ ਹੈ ਉਹਦਾ ਇੱਕ ਪ੍ਰੀ ਕਾਊਂਟਿੰਗ ਸਿਸਟਮ ਹੈ, ਉਹਨੂੰ ਅਸੀਂ ਪ੍ਰੀ ਕਾਊਂਟਿੰਗ ਕਹਿੰਦੇ ਹਾਂ। ਉਹਦਾ ਇੱਕ ਅਲੱਗ ਤੌਰ 'ਤੇ ਸੈਟਅਪ ਲੱਗੇਗਾ ਜਿੱਥੇ ਜਿਹੜੇ ਜਿਹੜੇ ਇਲੈਕਟ੍ਰੋਨਿਕਲੀ ਵਾਪਸ ਆਏ ਨੇ ਉਹਨਾਂ ਦੀ ਉੱਥੇ ਸਕੈਨਿੰਗ ਦਾ ਕੰਮ ਚੱਲੇਗਾ, ਹਰ ਡਾਕੂਮੈਂਟ ਉੱਥੇ ਪ੍ਰੋਪਰ ਸਕੈਨ ਹੋਏਗਾ। ਸਕੈਨ ਹੋਣ ਤੋਂ ਬਾਅਦ ਜਿਹੜੇ ਜਿਹੜੇ ਵੈਲਿਡ ਹੋਣਗੇ ਉਹ ਇੱਕ ਅਲੱਗ ਟੋਕਰੀ 'ਚ ਪਾਏ ਜਾਣਗੇ, ਇਨਵੈਲਿਡ ਦੂਜੀ ਟੋਕਰੀ 'ਚ ਪਾਏ ਜਾਣਗੇ, ਔਰ ਜਿਹੜੇ ਵੈਲਿਡ ਨੇ ਇਹ ਸਾਰੇ ਦਾ ਸਾਰਾ ਸਮਾਨ ਜਿਹੜਾ ਹੈ ਫਿਰ RO ਦੇ ਟੇਬਲ 'ਤੇ ਜਾਏਗਾ, ਔਰ ਉੱਥੇ ਜਿਹੜੇ ਪਹਿਲੇ ਪੋਸਟਲ ਬੈਲਟ ਕੈਲਕੂਲੇਟ ਆਪਣੇ ਹੋ ਰਹੇ ਨੇ ਅਕਾਊਂਟ, ਉਹਨਾਂ ਦੇ ਨਾਲ ਇਹਨਾਂ ਦੀ ਵੀ ਕੈਲਕੂਲੇਸ਼ਨ ਹੋਏਗੀ। ਇਹਨਾਂ ਸਾਰੇ ਕੰਮਾਂ ਲਈ ਤਕਰੀਬਨ ਅਸੀਂ ਨਵੇਂ AROs ਵੀ ਨੋਟੀਫਾਈ ਕਰਾਏ ਨੇ, ਹਰ RO ਦੇ ਨਾਲ 4-4, 5-5 AROs ਵੱਖਰੇ ਤੌਰ 'ਤੇ ਨੋਟੀਫਾਈਡ ਨੇ ਜਿਹੜੇ ਇਹ ਵਾਲੀ ਆਪਣੀ ਸਟੈਚੂਟਰੀ ਡਿਊਟੀ ਨਿਭਾਉਣਗੇ। ਕਿਉਂ ਮੰਡੀ ਵਿਖੇ ਸ਼ਿਵਾਲਾ ਵੀਰ ਭਾਨ ਵਿੱਚ ਪੁੱਲਣਾ ਤੋਂ ਫੁੱਲਾਂ ਨਾਲ ਸਜਾਇਆ ਗਿਆ ਅਤੇ ਭਜਨ ਮੰਡਲੀਆਂ ਵੱਲੋਂ ਪੁੱਲਣਾ ਅਤੇ ਬਚਨਾਂ ਦਾ ਗੁਣਗਾਨ ਕੀਤਾ ਗਿਆ। ਵੱਡੀ ਮਾਤਰਾ ਵਿੱਚ ਲੋਕਾਂ ਨੇ ਮੱਥਾ ਟੇਕਿਆ ਅਤੇ ਪੁੱਲਣਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਿਰ ਕਮੇਟੀ ਵੱਲੋਂ ਲੱਗਾ ਲਗਾਇਆ ਗਿਆ। ਅੰਮ੍ਰਿਤਸਰ ਤੋਂ ਰਮਨ ਕੁਮਾਰ ਦੀ ਰਿਪੋਰਟ। ਤੋਂ ਬੋਲੇ ਸੀ।
इस्त्री दिवस के मौके अंबरसर के भंडारी पुल से जनवादी इस्त्री सभा वालों नारी मुक्ति दिवस आयोजित किया गया। एडवोकेट कवलजीत कौर और रंजीत कौर माहल ने कहा कि केंद्र सरकार वधदी महंगाई नूं रोकण दे विच नाकाम हुई है और औरतों के उत्ते वधदे जुल्मां दे विच वाधा होया है। अंबरसर तो हजिंदर काका की रिपोर्ट। ਜਿਹੜੀ ਆਟੋਕਰੈਟਿਕ ਰਜੀਮ ਹੈ ਨਾ, ਦੇਖੋ ਜਿੰਨਾ ਚਿਰ ਕੋਈ ਪ੍ਰਾਈਮ ਮਿਨਿਸਟਰ ਬਣਦਾ ਵਾ ਚੀਫ ਮਿਨਿਸਟਰ ਬਣਦਾ, ਜਿੰਨਾ ਚਿਰ ਉਹ ਕਿਸੇ ਦੀ ਸਲਾਹ ਲੈਣ ਨੂੰ ਤਿਆਰ ਹੀ ਨਹੀਂ, ਉਹ ਆਪਣੇ ਆਪ ਨੂੰ ਹੀ ਰੱਬ ਸਮਝੇ ਅਤੇ ਉਹ ਫਿਰ ਮਤਲਬ ਜਿੰਨੇ ਵੀ ਡਿਸੀਜਨ ਮੋਦੀ ਸਾਰੇ ਖਰਾਬ ਕਰ ਦਿੱਤੇ ਅੱਗੇ ਆਈ ਕੈਬਨਿਟ ਨੂੰ ਵੀ ਨਹੀਂ ਪਤਾ ਹੁੰਦਾ ਅਤੇ ਸੁੱਤੇ ਪਏ ਰਾਤ ਉੱਠ ਕੇ ਜੋ ਚੇਤਾ ਆਇਆ ਅਗਲੇ ਦਿਨ ਕਰਦਾ। ਉਹ ਨੋਟਬੰਦੀ ਜਿਹੜਾ ਮੈਨੂੰ ਜੋ ਲੋਕਾਂ ਨੇ ਦੱਸਿਆ ਵੀ ਚੇਤੇ ਨੂੰ ਵੀ ਨਹੀਂ ਸੀ ਪਤਾ ਜਿਹੜਾ ਫਾਈਨੈਂਸ ਮਿਨਿਸਟਰ ਸੀ ਸਰਕਾਰਾਂ ਚੱਲ ਕੈਬਨਿਟ ਕਾਹਦੇ ਲਈ ਆ ਪਾਰਲੀਮੈਂਟ ਕਾਹਦੇ ਲਈ ਕੋਈ ਵੀ ਡਿਸੀਜਨ ਲੈਣ ਤੋਂ ਪਹਿਲਾਂ ਉਹਨੂੰ ਡਿਬੇਟ ਕੀਤੀ ਆ ਉਹ ਡਿਸੀਜਨ ਦਾ ਕੋਈ ਫਾਇਦਾ ਹੋਏਗਾ ਨੁਕਸਾਨ ਹੋਏਗਾ ਉਹ ਲੋਕ ਹਿੱਤ ਵਿੱਚ ਹੈ ਮੁਲਕ ਦੇ ਹਿੱਤ ਵਿੱਚ ਹੈ ਕਿ ਨਹੀਂ। ਇਹ ਤਾਂ ਆਟੋਕਰੈਟਿਕ ਡਿਸੀਜਨ ਤਾਂ ਡਿਕਟੇਟਰ ਲੈਂਦੇ ਨੇ, ਇਹ ਤਾਂ ਗਵਰਨਮੈਂਟ ਚਾਹੀਦਾ ਕਰਾਂਗੇ ਜਿਹੜੀ ਅਸੀਂ ਕਾਲੇ ਕਾਨੂੰਨਾਂ ਦੀ ਲੜਾਈ ਲੜੀ ਆ ਜਿੱਤੀ ਆ ਇੱਦਾਂ ਦੇ ਵੱਡੇ ਵੱਡੇ ਇਕੱਠ ਕਰਕੇ, ਕਿਉਂਕਿ ਔਰਤ ਜਿਹੜੀ ਆ ਜਿੱਥੇ ਸਾਰੇ ਦੇਸ਼ ਜਿਹੜਾ ਸੰਕਟ ਆ ਗਿਆ ਉੱਥੇ ਔਰਤ ਜਿਹੜੀ ਆ ਉਹ ਤੋਂ ਵੀ ਵੱਧ ਸੰਕਟ 'ਚ ਆਈ ਹੋਈ ਹੈ, ਉਹਦੀ ਕੋਈ ਸੁਰੱਖਿਆ ਨਹੀਂ ਹੈ। ਤੁਸੀਂ ਵੇਖੋ ਦਿੱਲੀ ਦੇ ਵਿੱਚ, ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਵੀ ਅਸੀਂ ਤਿੰਨਾਂ ਚੌਂਕਾਂ ਦੇ ਵਿੱਚ ਕੀਤਾ ਸੀ 10-15 ਦਿਨ ਪਹਿਲਾਂ ਪ੍ਰੋਗਰਾਮ, ਕਿ ਉਹ ਜਿਹੜੀ ਬੱਚੀ ਆ ਇੱਕ ਡੈਮੋਕਰੇਟਿਕ ਕੰਟਰੀ ਹੋਵੇ ਲੋਕਤੰਤਰੀ ਦੇਸ਼ ਹੋਵੇ ਉਹਦੇ ਵਿੱਚ ਇੱਕ ਬੱਚੀ ਜਿਹੜੀ ਆ ਉਹਦੇ ਵਾਲ ਕੱਟ ਦਿੱਤੇ ਜਾਣ, ਉਹਦਾ ਮੂੰਹ ਕਾਲਾ ਕਰਤਾ ਜਾਵੇ, ਉਹਦਾ ਬਲਾਤਕਾਰ ਕਰਕੇ ਜਿਹੜਾ ਉਹਨੂੰ ਕੁੱਟਿਆ ਜਾਵੇ। ਭੀੜ ਜਿਹੜੀ ਆ ਦਿੱਲੀ ਦੀਆਂ ਸੜਕਾਂ ਦੇ ਉੱਤੇ ਜਿੱਥੇ ਕੇਂਦਰ ਦੀ ਸਰਕਾਰ ਹੀ ਬੈਠੀ ਆ, ਜਿੱਥੇ ਕੇਜਰੀਵਾਲ ਦੀ ਸਰਕਾਰ ਜਿਹੜੀ ਕਹਿ ਰਹੀ ਲਗਾਤਾਰ ਪੰਜਾਬ ਵੱਜਦੇ ਰਹੇ ਨੇ, ਸਪੀਕਰ ਵੱਜਦੇ ਰਹੇ ਨੇ, ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ, ਮੈਨੂੰ ਅਫਸੋਸ ਨਾਲ ਕਹਿਣਾ ਪੈਣ ਡਿਆ ਵਾ ਕਿਤੇ ਪੰਜਾਬ ਜਿਹੜਾ ਵਾ ਉਹ ਵੀ ਦਿੱਲੀ ਨਾ ਬਣ ਜਾਵੇ, ਵੀ ਕੋਈ ਮੈਦਾਨ 'ਚ ਹੀ ਨਾ ਆਵੇ ਕਿਸੇ ਧੀ ਭੈਣ ਨੂੰ ਛਡਾਉਣ ਵਾਸਤੇ। ਜਿਹੜਾ ਵਾ ਅਸੀਂ ਇੱਥੇ ਪ੍ਰੋਟੈਸਟ ਕੀਤੇ ਸੀ, ਅਸੀਂ ਕਹਿੰਦੇ ਹਾਂ ਵੀ ਇਹੋ ਜਿਹੀਆਂ ਜਿਹੜੀਆਂ ਗੰਦੀਆਂ ਸਰਕਾਰਾਂ ਵਾ ਉਹਨਾਂ ਤੋਂ ਇੱਕ ਤਾਂ ਵਜੋ, ਇੱਕ ਆਪਣੀ ਨਾਰੀ ਸ਼ਕਤੀ ਇੰਨੀ ਅਸੀਂ ਮਜ਼ਬੂਤ ਕਰੀਏ ਕਿ ਅਸੀਂ ਜਿੱਥੇ ਜਿੱਥੇ ਘਟਨਾ ਵਾਪਰਦੀ ਆ ਇਹ ਲੋਕ ਜਿਹੜੇ ਨੇ ਜਿਹੜੇ ਲੁਟੇਰੇ ਦੇਸ਼ ਦੇ 'ਚ ਆ ਗਏ ਨੇ, ਭਾਵੇਂ ਉਹ ਕੇਂਦਰ 'ਚ ਅਤੇ ਭਾਵੇਂ ਉਹ ਸਟੇਟਾਂ ਦੇ ਵਿੱਚ ਜਿਹੜਾ ਵਾ, ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦੇਈਏ, ਸਾਡੀ ਬੇਟੀ ਜਿਹੜੀ ਆ ਸੁਰੱਖਿਅਤ ਹੋਵੇ। ਸਿਰਫ ਨਾਰੇ ਵੱਜਦੇ ਨੇ, ਸਲੋਗਨ ਨੇ, ਵੱਖ ਵੱਖ ਸਿਆਸੀ ਪਾਰਟੀਆਂ ਸਲੋਗਨ ਲਾਉਂਦੀਆਂ ਨੇ, ਕੋਈ ਨੰਨੀ ਛਾਂ ਕਹਿੰਦਾ ਵਾ, ਕੋਈ ਕਿਸੇ ਨੂੰ ਕਹਿੰਦਾ ਬੇਟੀ ਬਚਾਉਣ ਦੀ ਅਸੀਂ ਮੁਹਿੰਮ ਚਲਾਉਂਦੇ ਹਾਂ, ਪਰ ਅਫਸੋਸ ਨਾਲ ਕਹਿਣਾ ਪੈਂਦਾ ਵਾ ਤੁਸੀਂ ਵੀ ਸਾਰਿਆਂ ਉਹ ਵੀਡੀਓ ਵੇਖੀ ਹੋਊਗੀ। ਅੱਜ ਸਭ ਤੋਂ ਪਹਿਲਾਂ ਤਾਂ ਨਾਰੀ ਦਿਵਸ ਦੀਆਂ ਪੂਰੀ ਦੁਨੀਆ 'ਤੇ ਵਸਦੀਆਂ ਔਰਤਾਂ ਨੂੰ ਕੁੱਲ ਹਿੰਦ ਜਨਵਾਦੀ ਇਸਤਰੀ ਸਭਾ ਐਡਵਾ ਵੱਲੋਂ ਲੱਖ ਲੱਖ ਮੁਬਾਰਕਾਂ। ਉਸ ਤੋਂ ਬਿਨਾਂ ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਥੋੜ੍ਹੇ ਦਿਨਾਂ ਤੱਕ ਜਿਹੜੀਆਂ ਵੋਟਾਂ ਹੋਈਆਂ ਸਾਡੇ ਉਹਦੇ ਨਤੀਜੇ ਆਉਣ ਵਾਲੇ, ਸਾਡੀ ਜਨਤਾ ਦੇ ਵਿੱਚ ਇਹ ਪਾਇਆ ਜਾ ਰਿਹਾ ਕਿ ਪਤਾ ਨਹੀਂ ਕੀ ਹੋ ਜਾਣਾ ਜਾਂ ਕਿੰਨੀ ਕੁ ਕ੍ਰਾਂਤੀ ਆ ਜੋ ਕਿੰਨਾ ਕੁ ਬਦਲਾਅ, ਉਹਦੇ ਲਈ ਅਸੀਂ ਇਹ ਸੱਦਾ ਦੇਣਾ ਚਾਹੁੰਦੇ ਹਾਂ ਆਪਣੇ ਮੰਚ ਤੋਂ ਕਿ ਹੋਣ ਵਾਲਾ ਕੁਛ ਨਹੀਂ, ਕਿਉਂਕਿ ਸਾਰੀਆਂ ਪਾਰਟੀਆਂ ਚਿਹਰੇ ਬਦਲ ਕੇ ਪੁਰਾਣੇ ਮੁੱਦਿਆਂ 'ਤੇ ਹੀ ਚੋਣਾਂ ਲੜ ਰਹੀਆਂ, ਕੋਈ ਨਵਾਂ ਸਿਸਟਮ ਤਾਂ ਉਹਨਾਂ ਨੇ ਲਿਆਂਦਾ ਨਹੀਂ ਨਾ ਲਿਆਉਣਾ, ਇਸ ਕਰਕੇ ਉਸ ਸਿਸਟਮ ਨੂੰ ਟੱਕਰ ਦੇਣ ਲਈ ਸਾਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਆ, ਉਹਦੇ ਲਈ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਸਾਨੂੰ ਜਨਤਕ ਲਾਮਬੰਦੀ ਦੀ ਲੋੜ ਆ, ਇਸੇ 'ਤੇ ਹੀ ਅਸੀਂ ਅੱਜ ਭੈਣਾਂ ਨੂੰ ਸੱਦਾ ਦਿੱਤਾ ਕਿ ਪਿੰਡਾਂ ਵਿੱਚ ਜਾ ਕੇ ਆਪਾਂ ਮੀਟਿੰਗਾਂ ਕਰੀਏ ਅਤੇ ਆਪਣੀ ਸ਼ਕਤੀ ਨੂੰ ਪਹਿਲਾਂ ਨਾਲੋਂ ਵੀ ਵਧਾ ਕੇ ਇਕੱਠੇ ਹੋਈਏ। ਪੋਲੇ ਸ਼ੰਕਰ ਦੇ ਵਿਆਹ ਦੇ ਮੌਕੇ ਉੱਤੇ ਬਟਾਲਾ ਰੋਡ ਵਿਖੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਸ਼ੋਭਾ ਯਾਤਰਾ ਵੱਖ ਵੱਖ ਇਲਾਕਿਆਂ ਵਿੱਚੋਂ ਹੁੰਦੀ ਹੋਈ ਵਿਸ਼ਾਲ ਵਿਹਾਰ ਵਿੱਚ ਖਤਮ ਹੋਈ। ਇਸ ਮੌਕੇ ਉੱਤੇ ਚੰਦਰ ਸਿੰਘ, ਸੁਰਿੰਦਰ ਸਿੰਘ, ਰਮੇਸ਼, ਰਾਮ ਪ੍ਰਕਾਸ਼, ਸਤਪਾਲ ਸਿੰਘ, ਉਮੇਸ਼ ਸਿੰਘ ਆਦਿ ਮੌਜੂਦ ਸਨ। ਅੰਮ੍ਰਿਤਸਰ ਤੋਂ ਰਮਨ ਕੁਮਾਰ ਦੀ ਰਿਪੋਰਟ। ਬਹੁਤ ਬੜੀਆਂ ਲਗਾ, ਬਹੁਤ ਬੜੀਆਂ ਲਗਾ, ਬਹੁਤ ਸੁੰਦਰ ਹੈ, ਬੜੀ ਬੜੀ ਆਪਦੇ ਜੋ ਹੈ ਨਾਮ ਹੋਇਆ ਯਹਾਂ ਪਰ, ਐਸੀ ਐਸੀ ਚੀਜ਼ੇ ਪ੍ਰਸੰਨ ਹੈ ਕਿ ਜੋ ਹਮਾਰੇ ਅੰਤ ਹੈ ਮੈਂ ਕਹਿ ਨਹੀਂ ਸਕਤਾ ਹੂੰ ਉਨਕੇ ਲਈ ਉਸਕੇ ਵਿਸ਼ੇ ਮੇਂ ਹੈ ਹਰ ਔਰ ਬੜੀ ਬੜੀ ਧੰਨਵਾਦ। ਮੈਂ ਅਬ ਆਗੇ ਆਪਸੇ ਕਿਆ ਕਹੇ ਆਪਸੇ ਮੈਂ ਜਾਣਕਾਰੀ ਜ਼ਿਆਦਾ ਨਹੀਂ ਹੈ ਸ਼ੰਕਰ ਭਗਵਾਨ ਸੇ। ਨਾਮ ਕਿਆ ਜੀ ਆਪਕਾ? ਰਾਮ ਪ੍ਰਵੇਸ਼ ਸਿੰਘ। ਅੱਛਾ, ਯਹਾਂ ਪੇ ਕਿਸ ਚੀਜ਼ ਕਾ ਤਿਉਹਾਰ ਮਨਾਇਆ ਗਿਆ? ਵਿਸ਼ਾਲ ਵਿਹਾਰ ਗਲੀ ਨੰਬਰ 6 ਮੇਂ ਮਹਾਸ਼ਿਵਰਾਤਰੀ ਕਾ ਤਿਉਹਾਰ ਮਨਾਇਆ ਗਿਆ, ਜਿਸਮੇ ਹਮ ਪਰਿਵਾਰ ਸਹਿਤ ਮੁਹੱਲੇ ਵਾਲੇ ਇਹ ਸਭ ਉਪਸਥਿਤ ਹੋਏ, ਜਿਸਮੇ ਕਈ ਤਰ੍ਹਾਂ ਕੇ ਭਗਵਾਨ ਸ਼ੰਕਰ ਕੇ ਆਈਟਮੇ ਵਗੈਰਾ ਪੇਸ਼ ਕੀਆ ਗਿਆ, ਲੰਗਰ ਵਗੈਰਾ ਕਾ ਵੀ ਪ੍ਰੋਗਰਾਮ ਥਾ, ਪੂਜਾ ਕੇ ਬਾਅਦ ਸ਼ਿਵ ਵਿਵਾਹ ਕਰਾ ਕਰਕੇ
लंगर प्रसाद का कार्यक्रम रखा गया। ये प्रोग्राम 11:30 बजे से शाम के 6-6:30 बजे के लगभग में चला। झांकियां वगैरह भी बाद में निकाली गई थी, जब सब कार्यक्रम हो गया तो बाद में हम विभिन्न मंदिरों के दर्शन के लिए हम झांकी लेकर के गए थे। और जगत के कल्याण के लिए, लोगों में जागृति के लिए, अपनी संस्कृति की रक्षा के लिए ये पूजा करवाई गई है। असं कहना चाहते हैं सारे इलाका वासियों को शिवरात्रि लख लख बधाई दे रहे हैं। आप कल 7 तरीक न गली नंबर 6 विशाल बैर पटावर से शिवरात्रि मनाई गई है, जिदे सारे संगत ने गज वज के भाग लिता वा। सारी संगत सवेरे 10 बजे तो लैके शामी 7 बजे तक टिकी रही है। बड़ा आनंद लिया, आनंद माणिया, तो भगवान भोलेनाथ की कृपा पूरे इलाके तो हुई है, पूरे वार्ड से हुई है। असी सारे इलाके नू, सारे वार्ड नू एक सूचना देना चाहवांगे कि आप जिस साल भी शिवरात्रि मनाई है, आप इसी तरह गज वज के मनाइए, सारे एक होकर मनाइए, भगवान भोलेनाथ सब ते कृपा करन। असी शिवरात्रि मनाउन तो बाद फिर सारे मंदिरों के दर्शन किए, जिदा अपना पिपला शिवाला, बोड़ा शिवाला, इधर हो गया बर्फानी मंदिर, फिर चिंतपुर्णी मंदिर, सारे झाकियां कड़ियां, सारे इलाके नू भगवान भोलेनाथ का आशीर्वाद मिले, प्यार मिले। कल नवीं खबरों नाल एक बार फिर हाजिर होवांगे, उदों तक सानू देवो इजाजत, धन्यवाद।